ਉਹਦਾ ਦੋਨੇ ਲੱਗੇ ਐ ਅਖੇ ਮਿਲੋੜ ਉਹਨਾਂ ਵਰਗੀ ਪ੍ਰਾਪਰਟੀ ਹੈਗੀ ਆਪਣੀ ਹਰ ਮਹੀਨੇ ਹੈ ਹਰ ਮਹੀਨੇ ਕਿ ਜਦੋਂ ਆਪਾਂ ਕਿਸੇ ਵੱਲ ਹੋਰ ਵੱਲ ਦੇਖ ਕੇ ਕਰਾਂਗੇ ਕੁਛ ਰੀਸ ਕਰਾਂਗੇ ਕਿਸੇ ਦੀ ਉਦੋਂ ਆਪਦਾ ਸਕੂਨ ਹੁੰਦਾ ਉਹ ਦੂਜੇ ਦੇ ਹੱਥ 'ਚ ਫੜਾ ਦਿੰਦੇ ਹਾਂ ਸਕੂਨ ਉਹ ਬੱਲੇ 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 ਉਹ ਬੱਲੇ ਬੱਲੇ ਉਹ ਬੱਲੇ ਬੱਲੇ ਅੱਜ ਕਿੰਨੇ ਦਿਨਾਂ ਦਾ ਹੋ ਗਿਆ ਇਹ ਪੂਰੇ 5 ਦਿਨ ਘੱਟ ਹੈ 1 ਮਹੀਨੇ ਤੋਂ ਨਾਲੇ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਗੱਲ ਕਰਨੀ ਆ ਹਲੇ ਆ ਮੈਂ ਆਖਿਆ ਆਪਣੇ ਇਹਦਾ ਵਾਰਸ ਦਾ ਵੱਡੇ ਮਨਾ ਦਗੇ ਇਹਦਾ ਆਪਣੇ ਵਾਰਸ ਦਾ ਵੱਡੇ ਇਹਦਾ ਫਿਰ ਇਹ ਤਾਂ ਹਜੇ ਮਹੀਨੇ ਦਾ ਵੀ ਨਹੀਂ ਹੋਇਆ ਸਾਲ ਨੂੰ ਵੱਡੇ ਮਨਾ ਲਾਂਗੇ ਫਿਰ ਇਹ ਭਲਿਆ ਲੋਕਾ ਹਾ ਜਿਹੜਾ ਮਹੀਨੇ ਵਾਲਾ ਹੁੰਦਾ ਮਹੀਨੇ ਵਾਲਾ ਕਹਿੰਨੀ ਆ ਕਿਹੜਾ ਫਿਰ ਮਹੀਨੇ ਵਾਲਾ ਆ ਹੁਣ 1 ਮਹੀਨੇ ਦਾ ਹੋ ਜੂ ਚ 5 ਦਿਨਾਂ ਨੂੰ ਫਿਰ 1 ਮਹੀਨੇ ਦਾ ਮਨਾ ਲਾਂਗੇ ਫਿਰ ਆ 2 ਮਹੀਨਿਆਂ ਨੂੰ 2 ਮਹੀਨਿਆਂ ਦਾ ਹੋ ਜੂਗਾ ਫਿਰ ਆਪਾਂ 2 ਮਹੀਨੇ ਐ 1 ਮਹੀਨੇ 2 ਮਹੀਨੇ 3 ਪੂਰੇ ਜਦੋਂ 12 ਮਹੀਨਿਆਂ ਦਾ ਹੋ ਗਿਆ 1 ਸਾਲ ਦਾ ਉਦੋਂ ਫਿਰ ਆਪਾਂ ਵੱਡਾ ਕੇਕ ਲਿਆ ਕੇ ਸਾਲ ਦਾ ਮਨਾ ਲਾਂਗੇ ਉਹ ਕਹਿੰਨੀ ਆ ਹਰ ਮਹੀਨੇ ਹੈ ਹਰ ਮਹੀਨੇ ਕੇਕ ਹਾਂ ਕਿਉਂ ਕਿਉਂ ਕਾਦੀ ਲਾ ਤੂੰ ਕਿੱਥੋਂ ਦੇਖ ਲੈ ਹੈ ਮੇਰੀ ਮਾਸੀ ਕੁੜੀ ਵਿਆਹੀ ਆ ਆ ਇੱਥੇ ਮਲੋਟ ਉਹਨਾਂ ਦੇ ਉਹਦੇ ਘਰ ਵਾਲਾ ਮਾੜਾ ਮੋਟਾ ਲੱਗਿਆ ਲਗਾਇਆ ਉਹਦਾ ਦੋਨੇ ਲੱਗੇ ਆ ਅਖੇ ਮਲੋਟ ਉਹਨਾਂ ਵਰਗੀ ਪ੍ਰਾਪਰਟੀ ਹੈਗੀ ਆਪਣੀ ਤੇ ਫਿਰ ਲੋਕੋਂ ਲੱਜੇ ਤਾਂ ਹੁਣ ਕਰਨਾ ਹੀ ਪੈਂਦਾ ਓਏ ਆ ਮੇਰੀ ਗੱਲ ਸੁਣ ਉਹ ਤਾਂ ਦੋਨੇ ਲੱਗਿਆ ਬੈਂਕ 'ਚ 2 ਲੱਖ ਰੁਪਏ ਕਮਾਉਂਦੇ ਆਪਣੇ ਕੋਲ 4 ਕਿੱਲੇ ਜ਼ਮੀਨ ਹੈ ਤੂੰ ਕਿਉਂ ਆਪਦੀ ਕੱਚੀ ਢਾਉਣੀ ਅਗਲੇ ਦੀ ਪੱਕੀ ਦੇਖ ਕੇ ਹਰੇਕ ਚੀਜ਼ ਤੁਹਾਡੇ ਦਿਮਾਗ 'ਚ ਪਤਾ ਨਹੀਂ ਕਿਉਂ ਕੀੜਾ ਉਹਨੇ ਫੋਨ ਲਿਆਂਦਾ ਆਪਾਂ ਕਿਉਂ ਨਹੀਂ ਲਿਆਂਦਾ ਉਹਨਾਂ ਨੇ ਫਲਾਨੀ ਗੱਡੀ ਲਿਆਂਦੀ ਆਪਾਂ ਕਿਉਂ ਨਹੀਂ ਲਿਆਂਦੀ ਫਲਾਨੇ ਰਿਸ਼ਤੇਦਾਰਾਂ ਨੇ ਐਂ ਕਰ ਲਿਆ ਆਪਾਂ ਕਿਉਂ ਨਹੀਂ ਐਂ ਕਰਿਆ ਤੁਹਾਡਾ ਕਿਉਂ ਦਿਮਾਗ ਖਰਾਬ ਹੋਇਆ ਫਿਰ ਆਪਦੀ ਧੀ ਪੁੱਤ ਕਰਨ ਖਾਤਰ ਤਾਂ ਕਰਨਾ ਹੀ ਪੈਂਦਾ ਆਪਦੀ ਦੇਖ ਤਾਂ ਲਿਆ ਕਰੋ ਵੀ ਸਾਡੇ ਪੱਲੇ ਕੀ ਹੈ ਅਗਲੇ ਦੀ ਰੀਸ ਹੁੰਦੀ ਹੁੰਦੀ ਕਿਸੇ ਦੀ ਇਹ ਆਪਾਂ ਉਹਨਾਂ ਦੀ ਰੀਸ ਕਿਵੇਂ ਕਰ ਲਾਂਗੇ ਉਹ ਮਹੀਨੇ ਦਾ 2 ਲੱਖ ਕਮਾਉਣ ਵਾਲੇ ਆਪਾਂ ਮਹੀਨੇ ਦਾ 10 ਹਜ਼ਾਰ ਨਹੀਂ ਬਣਦਾ ਕਿਵੇਂ ਰੀਸ ਕਰ ਲਾਂਗੇ ਉਹਨਾਂ ਦੀ ਫਿਰ ਜਵਾਕਾਂ ਨੂੰ ਕੀ ਦੱਸਾਂਗੇ ਵੀ ਅਸੀਂ ਤਾਂ ਇਹੋ ਜਿਹੇ ਅੰਗਾਂ ਤੁਹਾਡੀ ਵੀ ਪਾਲਣ ਪੋਸਣਾ ਇਹੋ ਜਿਹਾ ਕੀਤਾ ਸੀ ਨਹੀਂ 1 ਮਿੰਟ ਜੇ ਨਾ ਕਰਾਂਗੇ ਤਾਂ ਕੀ ਹੋ ਜਾਊਗਾ ਤੇ ਦੁਨੀਆਦਾਰੀਆਂ ਦੇ ਸਾਹਮਣੇ ਚੱਲਣਾ ਪੈਂਦਾ ਪਰ ਉਹੀ ਯਾਰ 1 ਸਾਲ ਬਾਅਦ ਕਰਾਂਗੇ ਐਵੇਂ ਬਿਨਾ ਮਤਲਬ ਮਹੀਨੇ ਮਹੀਨੇ ਖਰਚ ਇਹ ਬੇਫਾਲਤੂ ਦੇ ਖਰਚੇ ਹੈ ਜਦੋਂ ਆਪਾਂ ਕਿਸੇ ਵੱਲ ਹੋਰ ਵੱਲ ਦੇਖ ਕੇ ਕਰਾਂਗੇ ਕੁਛ ਰੀਸ ਕਰਾਂਗੇ ਕਿਸੇ ਦੀ ਉਦੋਂ ਆਪਦਾ ਸਕੂਨ ਹੁੰਦਾ ਉਹ ਦੂਜੇ ਦੇ ਹੱਥ 'ਚ ਫੜਾ ਦਿੰਦੇ ਹਾਂ ਸਕੂਨ ਰਿਸ਼ਤੇਦਾਰਾਂ ਦੇ ਹੱਥ 'ਚ ਫੜਾ ਦਿੰਦੇ ਹਾਂ ਸਕੂਨ ਉਹ ਦਿੰਦੇ ਆ ਸਕੂਨ ਆਪਾਂ ਨੂੰ ਜੇ ਸਕੂਨ 'ਚ ਰਹਿਣਾ ਕਿਸੇ ਵੱਲ ਨਾ ਵੇਖ ਜੋ ਆਪਦਾ ਹੈ ਬਸ ਠੀਕ ਹੈ ਕਿਉਂ ਕਿਸੇ ਦੀ ਰੀਸ ਕਰਦੇ ਹਾਂ ਆਖੇ ਉਹਨਾਂ ਨੇ ਮਾਮੇ ਕਹਿੰਦੇ ਇੱਕ ਗੱਡੀ ਲਿਆਂਦੀ ਬਣਾਉਣੀ ਆਪਾਂ ਵੀ ਉਹ ਲਈਏ ਆਪਾਂ ਕਿੱਥੋਂ ਲਿਆਵਾਂਗੇ ਉਹਨਾਂ ਨੇ ਘਰ ਪਾ ਲਿਆ ਆਪਾਂ ਕਦੋਂ ਪਾਵਾਂਗੇ ਪਾਲਾਂਗੇ ਜਦੋਂ ਪੈਜੂਗਾ ਕਿਉਂ ਤੁਹਾਡਾ ਦਿਮਾਗ ਖਰਾਬ ਹੁੰਦਾ ਕਿਉਂ ਰੀਸ ਕਰਦੇ ਤੁਸੀਂ ਅਗਲਾ ਬਰਥਡੇ ਮਨਾਉਂਦਾ ਅਗਲਾ ਭਾਵੇਂ ਹਰ ਹਫ਼ਤੇ ਮਨਾਈ ਜਾਵੇ ਯਾਰ ਆਪਾਂ ਕੀ ਲੈਣਾ ਇੱਦੋਂ ਮੁੜ ਕੇ ਮੇਰੀ ਗੱਲ ਸੁਣਨਾ ਜੇ ਜ਼ਿੰਦਗੀ 'ਚ ਸਕੂਨ ਨਾਲ ਰਹਿਣਾ ਆਨੰਦ ਨਾਲ ਰਹਿਣਾ ਤਾਂ ਕਿਸੇ ਵੱਲ ਵੇਖ ਕੇ ਜਿਉਣਾ ਛੱਡ ਦੇ ਠੀਕ ਹੈ ਠੀਕ ਹੈ ਠੀਕ ਆ ਕਿਸੇ ਵੱਲ ਨਹੀਂ ਦੇਖਣਾ ਆਪਣੇ ਕੋਲ ਜੋ ਹੈਗਾ ਜੀ ਉਹ ਚੀਜ਼ ਉਹਦੇ ਵਿੱਚ ਇੰਜੋਏ ਕਰਾਂਗੇ ਜਿੰਨਾ ਹੈਗਾ ਐਵੇਂ ਕਿਸੇ ਵੱਲ ਦੇਖ ਕੇ ਅਗਲਾ ਤਾਂ ਖੂਹ ਛਾਲ ਮਾਰੂਗਾ ਪਤਲੀ ਮਾਰਨੀ ਠੀਕ ਹੈ ਮੈਂ ਤਾਂ ਜਵਾਕਾਂ ਮਾਰੀ ਕਹਿੰਦੀ ਸੀ ਚੱਲ ਨਹੀਂ ਹੁੰਦਾ ਆਪਣੇ ਵੱਲ ਦੇਖ ਤਾਂ ਲੈ ਆਪਣੇ ਕੋਲ ਕੀ ਹੈ ਜ਼ਹਿਰ ਜਿਹਾ ਕੁਛ ਹੈਗਾ ਆਪਾਂ ਕਰ ਲਾਂਗੇ ਉਹਨਾਂ ਦੀ ਰੀਸ ਕਿਵੇਂ ਕਰ ਲਾਂਗੇ ਆਪਾਂ ਚੱਲ ਕੋਈ ਦਿਮਾਗ ਖਰਾਬ ਕਰੀਏ ਯਾਰ ਐਂ ਕਰ ਲਓ ਲਓ